ਸ੍ਰੀ ਅਕਾਲ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਦਵਿੰਦਰ ਸਿੰਘ ਫੌਜੀ ਜੋ ਕਿ ਕਾਰ ਸੇਵਾ ਬਾਬਾ ਦੀਪ ਸਿੰਘ ਗੁਰਦੁਆਰੇ ਨੇ ਸੇਵਾ ਕੀਤਾ ਕਿੱਥਾ ਜੋ ਮੇਰੇ ਨਾਮ 'ਤੇ ਡਿਗਰੀ ਹੋਈ ਹੈ ਉਹ ਗੁਰਦੁਆਰੇ ਕੀ ਸੇਵਾ ਸੰਭਾਲ ਮੁਝੇ ਦੀ ਗਈ ਹੈ ਕੋਰਟ ਦੀ ਤਰਫ ਸੇ। ਅਬ ਜੋ ਹੈ ਮੈਂ ਬਾਬਾ ਅਨੂਪ ਸਿੰਘ ਕੇ ਗਲਤ ਕਾਰਿਆਂ ਕੋ ਦੇਖਦੇ ਹੋਏ ਔਰ ਉਨਕੀ ਟੀਮ ਕੋ ਗਲਤ ਕਾਰਿਆਂ ਕੋ ਦੇਖਦੇ ਹੋਏ ਮੈਨੇ ਸਤਿੰਦਰ ਸਿੰਘ ਪਕਸ਼ ਕੇ ਸਾਥ ਸਮਝੌਤਾ ਕਰ ਲਿਆ ਹੈ ਕਿਉਂਕਿ ਉਹ ਸੱਚਾਈ ਕੇ ਸਾਥ ਹੈ ਉਹ ਲੋਕ। ਤੋ ਇਹ ਲੋਕ ਜੋ ਹੈ ਕਿ ਇਨ ਲੋਕੋਂ ਨੇ ਫਰਾਡ ਕਰਕੇ ਇਹ ਸਾਰੀ ਜ਼ਮੀਨ ਜਾਇਦਾਦ ਉਹ ਗੁਰਦੁਆਰਾ ਆਪਣੇ ਨਾਮ 'ਤੇ ਕਰਵਾਇਆ ਹੈ। ਮੈਂ ਇਨਕੇ ਸਾਥ ਨਹੀਂ ਹੂੰ। ਇਹ ਅਬ ਲੋਕ ਮੁਝੇ ਧਮਕੀਆਂ ਦੇ ਰਹੇ ਹੈ ਕਿ ਤੁਸੀਂ ਜਾਨ ਸੇ ਮਾਰ ਦੇਂਗੇ ਤੂੰ ਉਨਕੇ ਸਾਥ ਜਾ ਰਹਾ ਹੈ। ਤੋ ਮੇਰੀ ਪ੍ਰਸ਼ਾਸਨ ਸੇ ਇਹ ਗੁਹਾਰ ਹੈ ਕਿ ਮੇਰੇ ਕੋ ਇਨ ਗੁੰਡੋਂ ਸੇ ਬਚਾਇਆ ਜਾਏ। ਮੈਂ ਆਪਣੀ ਇੱਛਾ ਸੇ ਮੈਂ ਯਹਾਂ ਗਿਆ ਹੂੰ। ਜਹਾਂ ਵੀ ਹੂੰ ਮੈਂ ਸੁਰੱਖਿਅਤ ਹੂੰ। ਕੋਈ ਕਿਸੀ ਨੇ ਮੇਰਾ ਕਿਡਨੈਪ ਨਹੀਂ ਕੀਆ ਹੈ। ਕੱਲ੍ਹ ਕੋਈ ਇਸ ਤਰੀਕੇ ਕੀ ਰਿਪੋਰਟ ਵੀ ਦਿੱਤਾ ਹੈ ਤੋ ਵੋ ਵੀ ਗਲਤ ਮਾਨੀ ਜਾਏ ਕਿਉਂਕਿ ਮੈਂ ਕਿਸੀ ਤਰੀਕੇ ਸੇ ਮੇਰੇ ਕੋ ਇਨ ਲੋਕੋਂ ਨੇ ਕਿਡਨੈਪ ਨਹੀਂ ਕੀਆ। ਮੈਂ ਆਪਣੀ ਇੱਛਾ ਸੇ ਜੋ ਸਾਰਾ ਕਾਰਜ ਕਰ ਰਹਾ ਹੂੰ ਕੋਰਟ ਮੇਂ ਵੀ ਗਵਾਹੀਆਂ ਦੂੰਗਾ ਹਰ ਜਗ੍ਹਾ ਇਨਕੇ ਸਾਥ ਹੂੰ। ਯਹੀ ਮੇਰੀ ਪ੍ਰਸ਼ਾਸਨ ਸੇ ਬੇਨਤੀ ਹੈ ਕਿ ਮੇਰੀ ਸੁਰੱਖਿਆ ਕੀ ਜਾਏ। ਵਾਹਿਗੁਰੂ ਜੀ ਕਾ ਖਾਲਸਾ।